ਐਤਵਾਰ ਵਾਲੇ ਦਿਨ ਬਹੁਤ ਹੀ ਭਿਆਨਕ ਹਾਦਸਾ ਹੋ ਗਿਆ ਏ। ਗੱਡੀ ਸਮੇਤ ਨਹਿਰ ਦੇ ਵਿੱਚ ਪੂਰਾ ਪਰਿਵਾਰ ਡਿੱਗ ਜਾਂਦਾ ਏ, ਜਿਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਉਸ ਪਰਿਵਾਰ ਦੀ ਮਦਦ ਜੁੜ ਜਾਂਦੇ ਨੇ। ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਚਿੱਟੇ ਰੰਗ ਦੀ ਸਵਿਫਟ ਨਹਿਰ ਦੇ ਵਿੱਚ ਡੁੱਬੀ ਹੋਈ ਹੈ। ਇਸ ਦੇ ਵਿੱਚ ਪਰਿਵਾਰ ਫਸਿਆ ਹੋਇਆ ਸੀ, ਪਤੀ ਪਤਨੀ ਦੇ ਨਾਲ ਦੋ ਬੱਚੇ ਵੀ ਸਨ, ਚਾਰੇ ਇਸ ਨਹਿਰ ਦੇ ਵਿੱਚ ਗੱਡੀ ਸਮੇਤ ਡਿੱਗ ਜਾਂਦੇ ਨੇ, ਜਿਸ ਤੋਂ ਬਾਅਦ ਪਰਿਵਾਰ ਜਿਹੜਾ ਏ ਉਹ ਰੌਲਾ ਪਾਉਣ ਲੱਗ ਜਾਂਦਾ ਹੈ, ਬਚਾਓ ਬਚਾਓ ਚਿਲਾਉਣ ਲੱਗ ਜਾਂਦਾ ਹੈ। ਤਾਂ ਆਲੇ ਦੁਆਲੇ ਦੇ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ, ਮਿਲ ਕੇ ਉਹਨਾਂ ਚਾਰਾਂ ਜਣਿਆਂ ਨੂੰ ਬਚਾ ਲਿਆ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕਿ ਹਾਦਸਾ ਹੋਇਆ ਕਿਵੇਂ। ਵੱਡੀ ਖਬਰ ਹੈ ਇਸ ਵੇਲੇ ਦੀ, ਤਾਂ ਦੱਸ ਦਈਏ ਕਿ ਨਹਿਰ ਦੇ ਵਿੱਚ ਜਦ ਇਹ ਗੱਡੀ ਡਿੱਗਦੀ ਹੈ, ਉਸ ਤੋਂ ਪਹਿਲਾਂ ਇਹ ਗੱਡੀ ਦੇ ਵਿੱਚ ਇੱਕ ਦੂਜੀ ਗੱਡੀ ਨੇ ਟੱਕਰ ਮਾਰੀ ਸੀ। ਟੱਕਰ ਮਾਰਨ ਤੋਂ ਬਾਅਦ ਇਹ ਗੱਡੀ ਪੁਲ ਦੇ ਉੱਤੇ ਬੇਕਾਬੂ ਹੋ ਜਾਂਦੀ ਹੈ ਅਤੇ ਪੁਲ ਦੀ ਰੇਲਿੰਗ ਤੋੜ ਕੇ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ, ਜਿਸ ਤੋਂ ਬਾਅਦ ਹੌਲੀ ਹੌਲੀ ਗੱਡੀ ਦੇ ਅੰਦਰ ਪਾਣੀ ਵੜਨਾ ਸਟਾਰਟ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰੌਲਾ ਪਾਉਣ ਲੱਗ ਜਾਂਦੇ ਨੇ, ਬੱਚੇ ਘਬਰਾ ਜਾਂਦੇ ਨੇ, ਪਿਤਾ ਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਗੱਡੀ ਦੇ ਦਰਵਾਜ਼ੇ ਲੋਕ ਹੋ ਗਏ ਸੀ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਪਿੰਡ ਵਾਲੇ ਇਕੱਠੇ ਹੁੰਦੇ ਨੇ। ਗੱਡੀ ਦਾ ਸ਼ੀਸ਼ਾ ਭੰਨ ਕੇ ਪੂਰੇ ਪਰਿਵਾਰ ਨੂੰ ਬਾਹਰ ਕੱਢ ਲਿਆ ਜਾਂਦਾ ਹੈ, ਉਹਨਾਂ ਨੂੰ ਬਚਾ ਲਿਆ ਜਾਂਦਾ ਹੈ। ਜੇਕਰ ਮੌਕੇ 'ਤੇ ਪਿੰਡ ਵਾਲੇ ਇਕੱਠੇ ਨਾ ਹੁੰਦੇ ਤਾਂ ਪਰਿਵਾਰ ਦੇ ਨਾਲ ਅਣਸੁਖਾਵੀ ਘਟਨਾ ਵਾਪਰ ਜਾਣੀ ਸੀ। ਤਾਂ ਦੱਸ ਦਈਏ ਕਿ ਪਰਿਵਾਰ ਵਾਲਿਆਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ, ਉਸ ਦੇ ਵਿੱਚ ਇੱਕ ਕਰੋਲਾ ਗੱਡੀ ਨੇ ਟੱਕਰ ਮਾਰੀ, ਜਿਸ ਤੋਂ ਬਾਅਦ ਸੰਤੁਲਨ ਵਿਗੜਨ ਕਰਕੇ ਸਿੱਧੀ ਗੱਡੀ ਜਾ ਕੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦਸੂਹਾ ਦੇ ਕਸਬਾ ਦਾਤਾਰਪੁਰ ਦੀਆਂ, ਜਿੱਥੇ ਕੰਢੀ ਨਹਿਰ ਦੇ ਵਿੱਚ ਸੜਕ ਹਾਦਸੇ ਦੌਰਾਨ ਇੱਕ ਸਵਿਫਟ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ। ਇਹ ਹਿਮਾਚਲ ਨੰਬਰ ਦੱਸਿਆ ਜਾ ਰਿਹਾ ਇਹ ਗੱਡੀ ਦਾ, ਪੂਰਾ ਪਰਿਵਾਰ ਸਵਾਰ ਹੋ ਕੇ ਕਿਤੇ ਘੁੰਮਣ ਜਾ ਰਿਹਾ ਸੀ, ਜਿਨ੍ਹਾਂ ਦੇ ਵਿੱਚ ਇੱਕ 19 ਸਾਲਾਂ ਦਾ ਮੁੰਡਾ, 14 ਸਾਲਾਂ ਦੀ ਕੁੜੀ ਅਤੇ ਉਹਨਾਂ ਦੇ ਮਾਪੇ ਹਿਮਾਚਲ ਪ੍ਰਦੇਸ਼ ਉਹਨਾਂ ਤੋਂ ਆ ਰਹੇ ਸੀ ਅਤੇ ਘੁੰਮਣ ਜਾ ਰਹੇ ਸੀ ਕਿਤੇ, ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਜੇਕਰ ਪਿੰਡ ਵਾਲੇ ਮੌਕੇ 'ਤੇ ਇਕੱਠੇ ਨਾ ਹੁੰਦੇ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ। ਐਤਵਾਰ ਵਾਲੇ ਦਿਨ ਬਹੁਤ ਹੀ ਭਿਆਨਕ ਹਾਦਸਾ ਹੋ ਗਿਆ ਏ। ਗੱਡੀ ਸਮੇਤ ਨਹਿਰ ਦੇ ਵਿੱਚ ਪੂਰਾ ਪਰਿਵਾਰ ਡਿੱਗ ਜਾਂਦਾ ਏ, ਜਿਸ ਤੋਂ ਬਾਅਦ ਲੋਕ ਇਕੱਠੇ ਹੋ ਜਾਂਦੇ ਨੇ ਅਤੇ ਉਸ ਪਰਿਵਾਰ ਦੀ ਮਦਦ ਜੁੜ ਜਾਂਦੇ ਨੇ। ਦੇਖ ਸਕਦੇ ਹੋ ਤਸਵੀਰਾਂ ਕਿ ਕਿਵੇਂ ਚਿੱਟੇ ਰੰਗ ਦੀ ਸਵਿਫਟ ਨਹਿਰ ਦੇ ਵਿੱਚ ਡੁੱਬੀ ਹੋਈ ਹੈ। ਇਸ ਦੇ ਵਿੱਚ ਪਰਿਵਾਰ ਫਸਿਆ ਹੋਇਆ ਸੀ, ਪਤੀ ਪਤਨੀ ਦੇ ਨਾਲ ਦੋ ਬੱਚੇ ਵੀ ਸਨ, ਚਾਰੇ ਇਸ ਨਹਿਰ ਦੇ ਵਿੱਚ ਗੱਡੀ ਸਮੇਤ ਡਿੱਗ ਜਾਂਦੇ ਨੇ, ਜਿਸ ਤੋਂ ਬਾਅਦ ਪਰਿਵਾਰ ਜਿਹੜਾ ਏ ਉਹ ਰੌਲਾ ਪਾਉਣ ਲੱਗ ਜਾਂਦਾ ਹੈ, ਬਚਾਓ ਬਚਾਓ ਚਿਲਾਉਣ ਲੱਗ ਜਾਂਦਾ ਹੈ। ਤਾਂ ਆਲੇ ਦੁਆਲੇ ਦੇ ਪਿੰਡ ਵਾਲੇ ਇਕੱਠੇ ਹੋ ਜਾਂਦੇ ਨੇ, ਮਿਲ ਕੇ ਉਹਨਾਂ ਚਾਰਾਂ ਜਣਿਆਂ ਨੂੰ ਬਚਾ ਲਿਆ ਗਿਆ ਹੈ। ਤੁਹਾਨੂੰ ਦੱਸਦੇ ਹਾਂ ਕਿ ਹਾਦਸਾ ਹੋਇਆ ਕਿਵੇਂ। ਵੱਡੀ ਖਬਰ ਹੈ ਇਸ ਵੇਲੇ ਦੀ, ਤਾਂ ਦੱਸ ਦਈਏ ਕਿ ਨਹਿਰ ਦੇ ਵਿੱਚ ਜਦ ਇਹ ਗੱਡੀ ਡਿੱਗਦੀ ਹੈ, ਉਸ ਤੋਂ ਪਹਿਲਾਂ ਇਹ ਗੱਡੀ ਦੇ ਵਿੱਚ ਇੱਕ ਦੂਜੀ ਗੱਡੀ ਨੇ ਟੱਕਰ ਮਾਰੀ ਸੀ। ਟੱਕਰ ਮਾਰਨ ਤੋਂ ਬਾਅਦ ਇਹ ਗੱਡੀ ਪੁਲ ਦੇ ਉੱਤੇ ਬੇਕਾਬੂ ਹੋ ਜਾਂਦੀ ਹੈ ਅਤੇ ਪੁਲ ਦੀ ਰੇਲਿੰਗ ਤੋੜ ਕੇ ਸਿੱਧਾ ਨਹਿਰ ਦੇ ਵਿੱਚ ਜਾ ਡਿੱਗਦੀ ਹੈ, ਜਿਸ ਤੋਂ ਬਾਅਦ ਹੌਲੀ ਹੌਲੀ ਗੱਡੀ ਦੇ ਅੰਦਰ ਪਾਣੀ ਵੜਨਾ ਸਟਾਰਟ ਹੋ ਜਾਂਦਾ ਹੈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਰੌਲਾ ਪਾਉਣ ਲੱਗ ਜਾਂਦੇ ਨੇ, ਬੱਚੇ ਘਬਰਾ ਜਾਂਦੇ ਨੇ, ਪਿਤਾ ਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਗੱਡੀ ਦੇ ਦਰਵਾਜ਼ੇ ਲੋਕ ਹੋ ਗਏ ਸੀ, ਜਿਸ ਤੋਂ ਬਾਅਦ ਆਲੇ ਦੁਆਲੇ ਦੇ ਪਿੰਡ ਵਾਲੇ ਇਕੱਠੇ ਹੁੰਦੇ ਨੇ। ਗੱਡੀ ਦਾ ਸ਼ੀਸ਼ਾ ਭੰਨ ਕੇ ਪੂਰੇ ਪਰਿਵਾਰ ਨੂੰ ਬਾਹਰ ਕੱਢ ਲਿਆ ਜਾਂਦਾ ਹੈ, ਉਹਨਾਂ ਨੂੰ ਬਚਾ ਲਿਆ ਜਾਂਦਾ ਹੈ। ਜੇਕਰ ਮੌਕੇ 'ਤੇ ਪਿੰਡ ਵਾਲੇ ਇਕੱਠੇ ਨਾ ਹੁੰਦੇ ਤਾਂ ਪਰਿਵਾਰ ਦੇ ਨਾਲ
ਮਾਂ ਅਣਸੁਖਾਵੀ ਘਟਨਾ ਵਾਪਰ ਜਾਣੀ ਸੀ। ਤਾਂ ਦੱਸ ਦਈਏ ਕਿ ਪਰਿਵਾਰ ਵਾਲਿਆਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ, ਉਸ ਦੇ ਵਿੱਚ ਇੱਕ ਕਰੋਲਾ ਗੱਡੀ ਨੇ ਟੱਕਰ ਮਾਰੀ, ਜਿਸ ਤੋਂ ਬਾਅਦ ਸੰਤੁਲਨ ਵਿਗੜਨ ਕਰਕੇ ਸਿੱਧੀ ਗੱਡੀ ਜਾ ਕੇ ਨਹਿਰ ਦੇ ਵਿੱਚ ਜਾ ਡਿੱਗਦੀ ਹੈ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਦਸੂਹਾ ਦੇ ਕਸਬਾ ਦਾਤਾਰਪੁਰ ਦੀਆਂ, ਜਿੱਥੇ ਕੰਢੀ ਨਹਿਰ ਦੇ ਵਿੱਚ ਸੜਕ ਹਾਦਸੇ ਦੌਰਾਨ ਇੱਕ ਸਵਿਫਟ ਕਾਰ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ। ਇਹ ਹਿਮਾਚਲ ਨੰਬਰ ਦੱਸਿਆ ਜਾ ਰਿਹਾ ਇਹ ਗੱਡੀ ਦਾ। ਪੂਰਾ ਪਰਿਵਾਰ ਸਵਾਰ ਹੋ ਕੇ ਕਿਤੇ ਘੁੰਮਣ ਜਾ ਰਿਹਾ ਸੀ, ਜਿਨ੍ਹਾਂ ਦੇ ਵਿੱਚ ਇੱਕ 19 ਸਾਲਾਂ ਦਾ ਮੁੰਡਾ, 14 ਸਾਲਾਂ ਦੀ ਕੁੜੀ ਅਤੇ ਉਹਨਾਂ ਦੇ ਮਾਪੇ ਹਿਮਾਚਲ ਪ੍ਰਦੇਸ਼ ਉਹਨਾਂ ਤੋਂ ਆ ਰਹੇ ਸੀ ਅਤੇ ਘੁੰਮਣ ਜਾ ਰਹੇ ਸੀ ਕਿਤੇ, ਤਾਂ ਰਾਹ ਦੇ ਵਿੱਚ ਉਹਨਾਂ ਦੇ ਨਾਲ ਇਹ ਹਾਦਸਾ ਵਾਪਰ ਗਿਆ। ਜੇਕਰ ਪਿੰਡ ਵਾਲੇ ਮੌਕੇ 'ਤੇ ਇਕੱਠੇ ਨਾ ਹੁੰਦੇ ਤਾਂ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ।